ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਸਾਰਿਆਂ ਨੂੰ ਸਾਡੇ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਬਾਈ ਜੀ। ਕੀ ਹਾਲ ਚਾਲ ਆ ਜੀ ਸਾਰਿਆਂ ਦੇ? ਮੈਂ ਅਸੀਂ ਤਾਂ ਕਹਿੰਦੇ ਵਧੀਆ ਹੋਵੇ ਬਾਈ। ਹੋਰ ਸੁਣਾਓ ਜੀ ਬਾਈ, ਸੀਜ਼ਨ ਦਾ ਕੰਮ ਨਿਪਟਦਾ ਜਾਂਦਾ, ਫ੍ਰੀ ਹੁੰਦੇ ਜਾਂਦੇ ਹਾਂ। ਬਸ ਮੰਨ ਲਓ ਅੱਜ ਦੇ 2 ਦਿਨ ਦਾ ਰਹਿ ਗਿਆ ਕੰਮ, ਹੌਲੀ ਹੌਲੀ ਨਿਬੜਦਾ ਜਾਂਦਾ ਕੰਮ, ਘੱਟਦਾ ਜਾਂਦਾ, ਕਿਉਂ ਖੇਤ ਜਿਹੜੇ ਰਹਿ ਗਏ ਉਰੇ ਇਹ ਰਹਿ ਗਏ ਗਿੱਲੇ, ਇਹਨਾਂ 'ਚ ਬਾਈ ਪਾਣੀ ਖੜ੍ਹਾ ਖੇਤਾਂ 'ਚ ਅਜੇ ਬਹੁਤ ਗਾ ਰਹੇ ਆ। ਮਸ਼ੀਨ ਤੁਹਾਨੂੰ ਤੁਸੀਂ ਦੇਖਿਆ ਵੀ ਕੱਲ੍ਹ ਮਲਕੀਤ ਮਸ਼ੀਨ ਫਸ ਗਈ ਤੀ, ਪਰਸੋਂ ਸਾਡੇ ਵਾਲੀ ਫਸ ਗਈ ਤੀ ਬਾਈ, ਕਣਾ ਖੇਤ ਰਹਿ ਗਏ। ਰੇਟ ਬਾਈ ਦਿੰਦੇ ਨਹੀਂ, ਗਿੱਲੇ ਦਾ ਰੇਟ ਦੇਣ ਇਹ 2000 ਰੁਪਈਆ ਬਿੱਘੇ ਦਾ, ਬੰਦਾ ਚਲੋ ਲੱਗਿਆ ਰਹਿੰਦਾ ਵੀ ਚਲੋ ਬਣਦਾ ਰੇਟ, ਤੁਹਾਨੂੰ 5-7 ਬਿੱਘੇ ਵੱਡੇ ਦਿਹਾੜੀ ਪੈਂਦੀ ਆ ਬਾਈ, ਰੇਟ ਨੂੰ ਵੀ ਲਾਉਂਦੇ ਹਾਂ ਉਹੀ 900 'ਤੇ, ਰੇਟ ਨਹੀਂ ਵੱਧਦੇ ਹੈਗੇ, ਕਹਿੰਦੇ ਇਹੀ ਰੇਟ ਦੇਣਾ ਅਸੀਂ ਤਾਂ। ਬਾਕੀ ਕਈ ਮੇਰੇ ਵੀਰਾਂ ਦੇ ਕਮੈਂਟ ਆਏ ਆ ਵੀਡੀਓ ਦੇ ਵਿੱਚ ਪਿਛਲੀ 'ਚ, ਕਹਿੰਦੇ ਵੀਰ ਤੂੰ ਵੀ ਕੁਛ ਕਰ ਲਿਆ ਕਰ, ਤੂੰ ਮਸ਼ੀਨ ਨਹੀਂ ਚਲਾਉਂਦਾ ਮਹਾਰਾਜ 'ਤੇ। ਬਾਈ ਮੈਂ ਤਾਂ ਤੁਹਾਨੂੰ ਸਿੱਧੀ ਗੱਲ ਦੱਸਦਾ, ਕਾਲੇ ਦੀ ਮਸ਼ੀਨ ਚਲਾਈ ਹੈ ਜੀ, ਮੈਂ ਸਾਰਾ ਸੀਜ਼ਨ ਚਲਾਈ ਹੈ ਇਕੱਲੇ ਨੇ। ਉਹ ਤੋਂ ਬਾਅਦ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਐਕਸੀਡੈਂਟ ਹੋ ਗਿਆ ਤਾ, ਐਕਸੀਡੈਂਟ ਹੋਣ ਕਰਕੇ ਗੋਡੇ ਵੱਜੀ ਦੀ ਸੱਟ, ਕਲੱਚ ਵਾਲੀ ਸਾਈਡ ਗੋਡਾ ਉਹੀ ਗੋਡਾ ਬਾਈ। ਮੈਂ ਤਾਂ ਇਹ ਮਾਲਕ ਨੂੰ ਜਵਾਬ ਦੇ ਦਿੱਤਾ ਤਾ, ਮੈਂ ਕਿਹਾ ਮੈਂ ਨਹੀਂ ਬਾਈ ਆਉਣਾ ਹੈਗਾ, ਆਪਣਾ ਬੰਦਾ ਹੋਰ ਦੇਖ ਲਾ ਵੀ ਜੇ ਤੈਨੂੰ ਮਿਲਦਾ। ਇਹਨੇ ਬਾਈ ਹਟਿਆ ਨਹੀਂ ਹੈਗਾ, ਜ਼ੋਰ ਮੇਰੇ ਪਰ ਪਾ ਕੇ ਰੱਖਿਆ ਬਹੁਤ ਜ਼ਿਆਦਾ, ਕਹਿੰਦਾ ਵੀ ਜਿੱਕਣਾ ਮਰਜ਼ੀ ਕਰ, ਤੂੰ ਚਾਹੇ ਥੱਲੇ ਹੀ ਬੈਠਾ ਰਹੀਂ ਵੀ ਅਸੀਂ ਤੈਨੂੰ ਲੋਕਲ ਦਾ ਡਰਾਈਵਰ ਰੱਖ ਕੇ ਦਿੰਦੇ ਹਾਂ ਬਾਈ। ਮੈਂ ਲੋਕਲ ਦਾ ਡਰਾਈਵਰ ਮੈਂ ਨਹੀਂ ਕਦੇ ਵੀ ਰੱਖਦਾ ਜ਼ਿੰਦਗੀ 'ਚ, ਇਹਨਾਂ ਨੇ ਮੈਨੂੰ ਡਰਾਈਵਰ ਰੱਖ ਕੇ ਦਿੱਤਾ ਇਹ। ਚਲੋ ਐਂ ਤਾਂ ਬਾਈ ਮਸ਼ੀਨ ਤਾਂ ਵਧੀਆ ਚਲਾਉਂਦਾ, ਪਰ ਮਸ਼ੀਨ ਨੂੰ ਡੀਜ਼ਲ ਬਹੁਤ ਖਲਾਉਂਦਾ, ਲੋ ਹਾਈ ਲੋ ਨਹੀਂ ਕਰਦੇ ਬਾਈ ਮਸ਼ੀਨ ਨੂੰ, ਇਹ ਹਾਈ 'ਚ ਦੱਬੀ ਫਿਰੀ ਜਾਂਦੇ, ਨਾ ਗਿੱਲਾ ਨਾ ਸੁੱਕਾ। ਬਾਕੀ ਕਈ ਮੇਰੇ ਵੀਰ ਕਹਿੰਦੇ ਵੀ ਤੂੰ ਇੱਥੇ ਵੀਡੀਓ ਬਣਾਉਣਾ, ਵੀਡੀਓ ਬਣਾਈ ਜਾਂਦਾ, ਹੋਰ ਤੈਨੂੰ ਕੰਮ ਨਹੀਂ ਕੋਈ। ਬਾਈ ਮੈਂ ਹੁਣ ਵੀ ਗੋਡੇ ਤਕਲੀਫ 'ਚ ਵੀ ਮੈਂ 2-2.5 ਘੰਟੇ ਰੋਟੀ ਇਹਨੂੰ ਖਿਲਾ ਕੇ, ਜਦ ਰੋਟੀ ਖਾਂਦਾ ਮੈਂ 2-2.5 ਘੰਟੇ ਮਸ਼ੀਨ ਫਿਰ ਵੀ ਲਾਉਣਾ ਔਖਾ ਸੌਖਾ, ਜਾਣੀ ਮੈਂ ਬਾਈ ਮਸ਼ੀਨ ਥੱਲੇ ਬਹਿ ਕੇ ਖੁਸ਼ ਤਾਂ ਹੈ ਨਹੀਂ। ਬਾਕੀ ਤੁਸੀਂ ਕਾਲੇ ਬਾਈ ਵਾਲੀ ਵੀਡੀਓ 'ਚ ਦੇਖਿਆ ਵੀ ਆ ਵੀ ਮੈਂ ਸਾਰੀ ਦਿਹਾੜੀ ਉਤਰਦਾ ਨਹੀਂ ਬਾਈ ਮਸ਼ੀਨ ਪਰ 'ਤੇ, ਔਰ ਮੈਂ ਤਾਂ ਬਾਈ ਰੋਟੀ ਵੀ ਉੱਪਰੇ ਖਾ ਕੇ ਖੁਸ਼ ਤਾਂ ਮਸ਼ੀਨ 'ਤੇ, ਤੁਹਾਨੂੰ ਤੁਸੀਂ ਦੇਖਿਆ ਵੀ ਆ ਮੈਂ ਕਾਲੇ ਦੀ ਮਸ਼ੀਨ 'ਤੇ ਸੀਜ਼ਨ ਪੂਰਾ ਲਾਇਆ ਬਾਈ, 450 ਕਿੱਲਾ ਕਰਿਆ ਪੂਰਾ, ਇੱਕ ਠੋਕ ਕੇ ਸੀਜ਼ਨ ਲਾਇਆ ਨਹੀਂ ਇਹ ਗੱਲ। ਚੀਨਾ ਵੀ ਤੁਹਾਨੂੰ ਸਾਹਮਣੇ ਨਹੀਂ ਚਲਾਉਂਦਾ, ਮਾੜੀ ਮੋਟੀ ਚਲਾਉਂਦਾ ਕਾਲਾ ਬਾਈ, ਰੋਟੀ ਮਾੜੀ ਮੋਟੀ ਖਿਲਾ ਦਿੰਦਾ ਤਾਂ ਨਹੀਂ ਬਾਈ, ਮੈਂ ਰੋਟੀ ਵੀ ਕਈ ਵਾਰ ਉੱਪਰੇ ਖਾ ਲੈਂਦਾ ਤਾਂ। ਮਸ਼ੀਨਦਾਰ ਵੀਰੇ ਸ਼ੌਂਕ ਆਪਾਂ ਨੂੰ ਮਸ਼ੀਨ ਚਲਾਉਣ ਦਾ, ਮੈਨੂੰ ਇੰਨਾ ਸ਼ੌਂਕ ਆ ਵੀ ਰਹੇ ਰੱਬ ਦਾ ਲੱਗਦਾ ਵੀ ਇੱਕ ਗੋਡੇ ਪਰ ਸੱਟ ਵੱਜੀ ਹੋਣ ਕਰਕੇ ਥੋੜ੍ਹਾ ਜਿਹਾ ਮਜਬੂਰ ਹੋਣਾ ਪੈ ਗਿਆ ਤਾਂ ਬੰਦਾ ਰੱਖਣਾ ਪੈ ਗਿਆ, ਤਾਂ ਨਹੀਂ ਮੈਂ ਉਰੇ ਬਾਈ ਸੀਜ਼ਨ ਇਕੱਲੇ ਨਹੀਂ ਲਾਉਣਾ ਤਾਂ। ਮੈਂ ਤਾਂ ਬਾਈ ਮਜਬੂਰੀ 'ਚ ਇੱਕ ਆਇਆ, ਮੈਂ ਇਹਨੂੰ ਜਵਾਬ ਦੇ ਤਾ ਵੀ ਮੈਂ ਨਹੀਂ ਆਉਣਾ ਹੈਗਾ, ਆਪਣਾ ਬੰਦਾ ਹੋਰ ਦੇਖ ਲਾ। ਚਲੋ ਬਾਈ ਬਾਕੀ ਕੋਈ ਗਲਤੀ ਮਾਫ਼ ਕਰਿਓ, ਥੱਲੇ ਬਹਿਣਾ ਬਾਈ ਬਹੁਤ ਔਖਾ, ਮੈਂ ਤਾਂ ਆਪ ਕਹਿੰਦਾ ਤਾਂ ਮਨ ਮੁੰਡੇ ਨੂੰ ਮੋਨੂ ਨੂੰ ਵੀ ਯਾਰ ਮੈਂ ਤਾਂ ਇਹਦੇ ਨਾਲ ਨਾ ਆਉਂਦਾ ਤਾਂ ਅੱਛਾ ਤਾਂ ਬਾਈ, ਮੈਨੂੰ ਗੋਡੇ ਕਰਕੇ ਥੋੜ੍ਹਾ ਜਿਹਾ ਵੱਟਾਂ ਪਰ ਖੇਤ ਵੀ ਦੇਖ ਕੇ ਆਉਣਾ ਵੀਰੇ। ਮੈਂ ਹੁਣ ਤੁਹਾਨੂੰ ਵੀਡੀਓ ਤਾਂ ਮੈਂ ਦਿਖਾਉਂਦਾ ਨਹੀਂ ਹੈਗਾ ਖੇਤਾਂ ਦੀ, ਮੈਂ ਪਹਿਲਾਂ ਖੇਤ ਜਾ ਕੇ ਮੈਂ ਆਪ ਦੇਖ ਕੇ ਆਉਂਦਾ, ਭਜਨ ਇਹਦੇ ਕੋਲ ਛੱਡਣਾ ਪੈਂਦਾ, ਗਿੱਲਾ ਸੁੱਕਾ ਗਿੱਲਾ ਜਿੱਥੇ ਹੁੰਦਾ ਉੱਥੇ ਮਸ਼ੀਨ ਇੱਕਣੇ ਵਿੱਚ ਗਿੱਲੇ ਜਿਹੇ ਧੱਕ ਦਿੰਦਾ, ਭਜਨ ਇਹਦੇ ਕੋਲ ਛੱਡਣਾ ਪੈਂਦਾ, ਤਾਂ ਕਰਕੇ ਬਾਈ ਮੈਨੂੰ ਆਪ ਮੈਂ ਮੂਹਰੇ ਖੇਤ ਜਾ ਕੇ ਦੇਖ ਕੇ ਆਉਣਾ ਬਾਈ। ਮੈਂ ਡੀਜ਼ਲ ਵੀ ਲਿਆਉਣਾ, ਮੈਂ ਹੋਰ ਰੋਟੀ ਪਾਣੀ ਦਾ ਬਾਈ, ਸ਼ਾਮ ਨੂੰ ਸਬਜ਼ੀ ਬਣਾਉਣੀ ਆ ਉਹ ਵੀ ਮੈਂ ਬਣਾਉਣਾ, 2-3 ਦਿਨ 'ਚ ਹੁਣ 4 ਦਿਨ 'ਤੇ ਲਗਾਤਾਰ ਮੈਂ ਹੀ ਬਣਾਉਣਾ। ਬਾਕੀ ਹੋਰ ਬਾਈ ਬਹੁਤ ਕੰਮ ਹੁੰਦੇ ਆ ਬਾਹਰ, ਮਸ਼ੀਨ ਲਿਆ ਕੇ ਕਿਹੜਾ ਇੱਕ ਕੰਮੇ ਆ, ਬਾਕੀ ਆਪਣੇ ਕੱਪੜੇ ਵੀ ਧੋਈਦੇ ਆ, ਸਾਰਾ ਕੁਝ ਕਰੀਦਾ। ਚਲੋ ਬਾਈ ਅੱਜ ਮਸ਼ੀਨ ਲੈ ਕੇ ਜਾਣੀ ਆ ਪਿੰਡ ਦੇ ਦੂਜੀ ਸਾਈਡ, ਇੱਥੇ 1 ਬਿੱਘਾ ਬਾਈ ਉਹ ਸਾਹਮਣੇ ਦਿਖਦਾ, 1 ਬਿੱਘਾ ਵੱਢ ਕੇ ਉਹ ਮਸ਼ੀਨ ਪਰਲੇ ਪਾਸੇ ਜਾਣੀ ਆ ਪਿੰਡ ਦੇ ਸਰਪੰਚ ਦਾ, ਉੱਧਰ ਇਕੱਠਾ 40-45 ਬਿੱਘਿਆਂ ਦਾ ਟੱਕ। ਚਲੋ ਜੀ ਚੱਲਦੇ ਹਾਂ ਹੁਣ ਮਸ਼ੀਨ ਲੈ ਕੇ ਉੱਥੇ ਨੂੰ, ਭਜਨ ਬਾਈ ਡੀਜ਼ਲ ਲੈਣ ਗਿਆ ਹੈ, ਮਹਾਰਾਜ ਖੇਤ ਦੇਖਣ ਭੇਜਿਆ। ਮੈਂ ਇੱਥੇ ਭਾਂਡੇ ਭੁੰਡੇ ਪਏ ਤੇ ਜਿਹੜੇ ਇਕੱਠੇ ਕਰਕੇ ਉਹ ਸਾਰੇ ਆਪਣੇ ਬਾਲਟੀ 'ਚ ਪਾ ਲਏ। ਚਲੋ ਜੀ ਹੁਣ ਮਿਲਦੇ ਹਾਂ ਖੇਤ 'ਚ ਜਾ ਕੇ। ਲਓ ਜੀ ਬਾਈ ਕਟਰ ਲਿਆ ਤਾਰ, ਡੀਜ਼ਲ ਪਾ ਲਿਆ, ਇੱਧਰ ਆਪਣੇ ਸਵਰਾਜ ਮਸ਼ੀਨ ਖੜ੍ਹੀ ਆ ਆਪਣੇ ਕੋਲ ਜਿੱਥੇ ਸਾਡਾ ਟਰਾਲਾ ਖੜ੍ਹਾ ਤਾ, ਪਹਿਲੇ ਦਿਨ ਅਸੀਂ ਡੇਰੇ ਉਰੀ ਲਾਏ ਤੇ ਪਿੰਡ ਦੇ ਕੋਲ, ਜਿਵੇਂ ਆਹ ਪਿੰਡ ਆ ਗਿਆ, ਇੱਧਰ ਆਹ ਲੇਬਰ ਵਾਲੇ ਰਹਿੰਦੇ ਸਾਡੇ ਕੋਲੇ ਆ, ਉਹ ਪਿੱਛੇ ਸਰਪੰਚ ਦਾ ਮਕਾਨ ਆ। ਆਹ ਧਾਨ ਆ, ਜਿਹੜੀ ਧਾਨ ਇਹਦੀ ਵੱਢੀ, ਸਾਰੇ ਏਰੀਆ ਧਾਨ ਦਾ ਹੀ ਭਰਿਆ ਪਿਆ, ਆਹ ਕਲਾਕਾਰ ਫੁੱਲਣ ਲੱਗੇ ਹੋਏ ਉੱਧਰ। ਕਈ ਵੀਰ ਮੈਂ ਹੁਣ ਤੁਹਾਨੂੰ ਸਵਰਾਜ ਮਸ਼ੀਨ ਦੀ ਗੱਲ ਦੱਸਦਾ ਵੀਰ, ਕਈ ਵੀਰ ਆਪਣੇ ਕਹਿ ਦਿੰਦੇ ਆ ਵੀ ਅਸੀਂ ਸਵਰਾਜ ਚਲਾਈ ਹੋਈ ਆ, ਮਿਲਛਾਤੇ ਦੇਸੀ ਨਹੀਂ ਚੱਲਣੀ ਵੀਰੇ, ਇਹ 'ਚ ਕੋਈ ਫਰਕ ਨਹੀਂ ਹੁੰਦਾ ਹੈਗਾ ਸਵਰਾਜ 'ਚ, ਮਾੜਾ ਮੋਟਾ ਗੇਅਰ ਲੀਵਰਾਂ ਦਾ ਹੀ ਫਰਕ ਆ, ਹੋਰ ਕੁਛ ਨਹੀਂ, ਚੇਂਜਰ ਦਾ ਫਰਕ ਆ, ਹੋਰ ਸੇਮ ਟੂ ਸੇਮ ਇੱਕੋ ਸਾਰਾ ਕੁਝ ਉਹੀ ਆ, ਕੰਮ ਉਹੀ ਕਰਦੀ ਹੈ ਵੀ। ਬਾਕੀ ਤੁਸੀਂ ਦੇਖ ਲਓ ਬਾਈ ਉਰੇ ਬੈਲਟ ਹੁੰਦੀ ਹੈ ਆਪਣੇ ਦੇਸੀ ਦੇ, ਇਹਦੇ ਚੈਨ ਪਾਈ ਹੋਈ ਆ ਰੀਲ ਨੂੰ, ਆਹ ਦੇਖੋ। ਬਾਕੀ ਆਪਣੇ ਇਹਦੇ ਹੈੱਡ ਵਾਲੀ ਕਾਹ
साइड कलंप हुंदा है, गोली आ, बाकी सेम टू सेम सारा उकने आ। बस एक थोड़ा जिहा थानू दिखाउणा होर सौखे काम इहदे दो तिन, बाकी सारा कुछ उही आ। देखो एलीवेटर ब्लोअर ब्लू वाली बैल्टां इक उकने चलदा, सारा कुछ उकने च लाउंदी आ। होर थानू फर्क दिखा दिंदा इहदा मैं, माड़ा जिहा फर्क आ। होर एक आ देखो, जिवें अपने 3175 बैल्ट पैंदी आ, इहदे आ इंजन नूं छोटियां बैल्टां पैंदियां डायरेक्ट, आ पईआं होईआं इंजन नूं सिद्धियां बैल्टां जिहड़ियां थले डायरेक्शन गेयर नूं घुमाउंदियां। बाकी भाई होर सारा सेम टू सेम आ, फीटर वाली पुली उही तिथी ते चलदी आ, कोई फर्क नहीं हैगा। बाकी मैं तुहानूं परले पासे ते वी दिखा दिंदा। बाकी सीपां सूपां भाई बैड बुड उकने सारा, स्टाफ बकर सारा कुछ उही चीज आ। स्टाफ बकर भाई खुले ही पैदा, देख लो भाई दिल। एली उलीवेटर भाई सारा कुछ गुच्छा चैन, होर कुछ कोई फर्क नहीं हैगा। बस भाई एक गेयर बक्स इहदा, जिवें अपने उधर 3175 बैल्ट पाउने आपां, इहदे बैल्ट 3000 नंबर पैंदी हुंदी आ। वो सामने यदा स्पीड चेंजर आदा चेंजर लग्या हो सामने, आ 3000 नंबर बैल्ट पैंदी इहनू सीधी क्लच नू, एक नंबर 3175 पैंदी आ भाई। तो होर सौखा एक कम, गेयर बक्स का कम करना बहुत सौखा है, यानी बंदा कोई बैड थले बनने की कोई डिक्का नहीं, कोई कुछ नहीं, फीटर उपर चको गेयर का कम जितना मर्जी कर सकता अपना। बाकी बाई का बिस्तरा लाया है जो पे हूँ बेचारा उ, होर भाई कोई फर्क नहीं है मशीन च, सेम टू सेम उ। बाकी थानू दिखा भी दिता, बाकी इंजन भाई थानू पता ही आ। बस एक सिर्फ ये अपने भाई, होर एक गल, ये लोकल की मशीन आ, है अपने जिले की आ, PV12 नंबर, अपने रोपड़ जिले का नंबर है। बाकी थानू उपर से भी द, बाकी भाई लीवर का उ चीज़ आ, बस बास्कट का थोड़ा जहा फर्क होंगे, यदा गुल्लू जहा लग्या हुआ हों, 30-32 चाबी ना कस हो जाती, ढिली हो जाती है। अपने भी सेम टू सेम उ है वैसे तो। बाकी मीटर ये सारे स्टेयरिंग चुने भाई, आ सिंगल लीवर देखो, आ टक च पहला गेयर हो गया उपर ले जाओ, ये सामने बिल्कुल हो गया बैक, वो थले वाले हो गया दूआ, वो इधरले हो गया तीआ। बस ये चीज़ आ भीर, होर कोई फर्क नहीं है। बाकी भाई की पौड़ी भी टुटी हुई है, बेचारे उपरे बन्नी हुई है, कला ही है भाई, एक बंदा ही चला रहा है। चलो हम थोड़ा अपने लिए मशीन दिखाने, उधर कटर खोलता अपने, अज अपने भाई कटर खोलता अज। बाकी भाई गोले गाले का तो बचाओ आ, माड़े मोटे लगे हुए थे बढ़ते, मैं वेड़ता लग्या डीजल पा रहा, उधर अपनी क्रैंक वाला पिछे बैरंग टुट गया, एक 6 नंबर ये लगे हैं भजन नहीं पवन। होर भजन भाई ठीक है जी, बैरंग टुट गया है। हाँ जी हुणे टुटे, उत्थे बिग्गा के बढ़ गया भाई, उच्च टुट गया है, हुण निकलदा नहीं हैगा, निकलदा नहीं, मोड़ा कढ़ दे अंदर ते, अंदर दे छट च पेज का लाल मैल आवा थल्ले हर के चोट मार नु, इधर कटर खड़ा भाई पिछे। चलो जी हुण तुहानू पिंड भी दिखाउणा, पिंड च मशीन लेके लखणा है। लो जी भाई पिंड दे आ गए, ते दूई साइड हुण पता लग्या भाई मीतां नाले एरिए जां आ एरिए जाई गई थोड़ी फसल हरी भरी, बाकी उधर रोग ने खाधी हुई आ। ते भाई हुण वढ़न लग्या 11-21, आ देख लो जी 11-21 बीज आ, इह लग्या हुण वढ़न हरी पई आ, थोड़ी नरमे बढ़ा लैंदे आ, कहिंदे वी साडे फिर सिखाउणे आ, ते पंज उहदे का फिर वजन वजन झड़ती नहीं, घट झड़ती भी घट आ मशीन गल। लो जी भाई चलाती थी मशीन, मेरा वीर बहुत वधिया चलती है मशीन भाई, हुण माड़ा जिहा आके लग्या भी जीरी वढ़न आए होए आ, नहीं उधर ने तां बिमारी वाली जीरी वढ़दे आ, अज थोड़ी जी पता लग्या भी जीरी वढ़दे आ। देखो जीरी हरी आ 11-21 17-18 इहो जिहे बीज है इहनां दे। उधर भाई अपने
ਪੰਜਾਬੀਆਂ ਦੀ ਮਸ਼ੀਨ ਫਸ ਗਈ ਵਿੱਚ ਗਿਰ ਗਈ ਜਿਵੇਂ ਆਪਣੇ ਗਿਰੀ ਦੀ ਕੱਲ ਵੀਰਾਂ ਦੀ ਗਿਰ ਗਈ ਰਸਤੇ 'ਚ ਥੋੜ੍ਹੀ ਰਸਤੇ ਦੀ ਉਰੇ ਪ੍ਰੋਬਲਮ ਆ ਉਹਦੇ ਕਰਕੇ ਗਿਰ ਜਾਂਦੀਆਂ ਮਸ਼ੀਨਾਂ ਆਹ ਦੇਖੋ ਬਾਈ ਇੱਧਰ ਗਿਰ ਗਈ ਮਸ਼ੀਨ ਤੁਹਾਨੂੰ ਦਿਖਾਉਣਾ ਉਹ ਵੀ ਜਾ ਕੇ ਹੁਣ ਆਹ ਦੇਖੋ ਬਾਈ ਏਰੀਆ ਗਿੱਲਾ ਕਸੂਰ ਕਿਸੇ ਦਾ ਨਹੀਂ ਹੈਗਾ ਬਹੁਤ ਮਸ਼ੀਨ ਗਿਰ ਜਾਂਦੀ ਹੈ ਜਦੇ ਆਹ ਦੇਖੋ ਪੂਰਾ ਪੂਰੇ ਰਸਤੇ ਆ ਬਾਈ ਯੂਪੀ ਨੰਬਰ ਮਸ਼ੀਨ ਆ ਹੋ ਗਈ ਟੇਢੀ ਇਹ ਵੀ ਅੱਜ ਰੋਜ਼ ਇੱਕ ਨਾ ਇੱਕ ਗਿਰਜੇ ਗਿਰੇ ਜਾਂਦੀ ਆ ਪ੍ਰੀਤ ਮਸ਼ੀਨ ਆ ਨਵੀਂ ਮਸ਼ੀਨ ਆ ਬਾਈ ਟੋਪ ਮਾਡਲ ਰਸਤੇ ਪੂਰੇ ਪੂਰੇ ਬਾਈ ਨਿਕਲਦੀ ਹੈ ਨਹੀਂ ਲਓ ਜੀ ਬਾਈ ਅੱਜ ਪ੍ਰੀਤ ਨੂੰ ਪਾ ਲਿਆ ਸੋਨਾਲੀ ਕਾ DI 47 RX ਲੱਗਿਆ ਦੇਖਣ ਖਿੱਚਣ ਇਹਨੂੰ ਲਓ ਜੀ ਬਾਈ ਉਹ ਮਸ਼ੀਨ ਕੋਲ ਤੇ ਆਪਾਂ ਆ ਗਏ ਤੇ ਮਸ਼ੀਨ ਦੇ ਚਾਂਸ ਨਿਕਲਦੇ ਘੱਟ ਆ ਕਿ ਦੋਵੇਂ ਪਾਸੇ ਖੇਤ ਬਾਈ ਗਾਰੇ ਵਰਗੇ ਪਏ ਆ ਚਾਂਸ ਕੋਈ ਲੱਗਦਾ ਨਹੀਂ ਬਾਕੀ ਚਲੋ ਅਸੀਂ ਤਾਂ ਕਹਿੰਦੇ ਵੀ ਕਿਸੇ ਦਾ ਕੰਮ ਨਾ ਖੜ੍ਹੇ ਬਾਈ ਹੋਰ ਬਹੁਤ ਦੁੱਖ ਭਰਦੀ ਖਬਰ ਆ ਇੱਥੇ ਮਸ਼ੀਨ ਵਾਲਾ ਆਪਣੇ ਤੁਹਾਨੂੰ ਹਰਦੇਵ ਮਸ਼ੀਨ ਦਿਖਾਈ ਨਾ ਇੱਕ ਦਿਨ ਚੱਲਦੀ ਪਟਿਆਲੇ ਏਰੀਏ ਦੇ ਬੰਦੇ ਦੇ ਜਿਹੜੇ ਉਹਨਾਂ ਦੇ ਬਾਈ ਮਸ਼ੀਨ ਦਾ ਟਾਇਰ ਚੜ੍ਹ ਗਿਆ ਬੰਦੇ ਪਰ ਡਰਾਈਵਰ ਪਰ ਪਤਾ ਨਹੀਂ ਫੋਰਮੈਨ ਪਰ ਪਿਛਲੇ ਪਾਸੇ ਵਾਲਾ ਬਹੁਤ ਬਾਈ ਦੁੱਖ ਲੱਗਿਆ ਇਸ ਗੱਲ ਸੁਣ ਕੇ ਰੱਬ ਵਾਹਿਗੁਰੂ ਨੂੰ ਮਿਹਰ ਭਰਿਆ ਹੱਥ ਰੱਖਿਓ ਵੀਰ 'ਤੇ ਵੀ ਬਾਕੀ ਮੇਰਾ ਹੋਰ ਇੱਕ ਵੀਰ ਇਟਲੀ 'ਚ ਬੈਠਾ ਬਾਈ ਯਾਦ ਕਰਦਾ ਰੋਜ਼ ਆਪਾਂ ਨੂੰ ਕਮੈਂਟਾਂ 'ਚ ਵੀ ਕਰਦਾ ਬਾਈ ਫੋਨ ਵੀ ਕਰਦਾ ਵੀਡੀਓ ਵੀ ਦੇਖਦਾ ਬਾਈ ਆਪਣੀ ਬਹੁਤ ਬਹੁਤ ਧੰਨਵਾਦ ਬਾਈ ਦਾ ਉਹਦਾ ਬਾਈ ਦਾ ਨਾਂ ਹੈਗਾ ਇਟਲੀ 'ਚ ਮਰੰਡੇ ਵਾਲੇ ਬੈਠੇ ਆ ਬਾਈ ਮੇਰੇ ਹੁਣ ਨਾਂ ਦਿਮਾਗ 'ਚ ਨਹੀਂ ਆਉਂਦਾ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਫਿਰ ਦੱਸੂੰਗਾ ਅੱਜ ਮੈਂ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਆਪਣੇ ਮੇਰਾ ਵੀਰ ਹੋਰ ਜੋਵਨ ਪ੍ਰੀਤ ਇਹ ਸਭ ਤੋਂ ਪਹਿਲਾਂ ਵੀਰੇ ਵੀਰ ਦਾ ਕਮੈਂਟ ਹੁੰਦਾ ਵੀਡੀਓ ਦੀ ਆਪਣੀ ਦੀ ਵੇਟ ਕਰਦਾ ਇਹ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜੋਵਨ ਪ੍ਰੀਤ ਬਾਈ ਦਾ ਸਭ ਤੋਂ ਪਹਿਲਾਂ ਕਮੈਂਟ ਬਾਈ ਦਾ ਹੁੰਦਾ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਇੰਨਾ ਪਿਆਰ ਦਿੰਦੇ ਵੀਡੀਓ ਨੂੰ ਚਲੋ ਜੀ ਹੁਣ ਆਪਾਂ ਲਗਾਉਂਦੇ ਹਾਂ ਤੁਹਾਨੂੰ ਹੋਰ ਲਓ ਜੀ ਨਰਿੰਦਰ ਬਾਈ ਜੀ ਆਪਣੇ ਗੱਡੀ ਚਲਾ ਰਹੇ ਜੀ ਮਸ਼ੀਨ ਇਸ ਟਾਈਮ ਡਰਾਈਵਰ ਥੋੜ੍ਹਾ ਸਾਡਾ ਗੜਬੜ ਕਰ ਰਿਹਾ ਜੀ ਨਰਿੰਦਰ ਬਾਈ ਗੱਡੀ ਚਲਾ ਰਿਹਾ ਜੀ ਮਸ਼ੀਨ ਬਾਈ ਚਲਾ ਰਿਹਾ ਜੀ ਲਓ ਜੀ ਬਾਈ ਪਹੁੰਚ ਗਏ ਡੇਰੇ 'ਚ ਬਾਈ ਖੇਤ ਗਿੱਲੇ ਬਹੁਤ ਆ ਬਸ ਜਿਹੜਾ ਏਰੀਆ ਅੜਿਆ ਖੜ੍ਹਾ ਇਹ ਗਿੱਲਿਆਂ ਦਾ ਹੀ ਅੜਿਆ ਖੜ੍ਹਾ ਚਲੋ ਵੱਢਣਾ ਤਾਂ ਹੈਗਾ ਹੀ ਹਾਂ ਕਿਸੇ ਨੇ ਬਾਕੀ ਬਾਈ ਕੰਮ ਵਧੀਆ ਚੱਲੀ ਜਾਂਦਾ ਉਹੀ 20-22 ਵਿਘੇ ਹੋਈ ਜਾਂਦੇ ਰੋਜ਼ ਬਾਕੀ ਮੇਰੇ ਕਈ ਵੀਰਾਂ ਨੇ ਰੇਟ ਪੁੱਛਿਆ ਤਾ ਰੇਟ ਮੈਂ ਕੱਲ੍ਹ ਵਾਲੀ ਵੀਡੀਓ 'ਚ ਦੱਸਤਾ ਤਾ ਚਲੋ ਠੀਕ ਆ ਜੀ ਬਾਈ ਕਰਦੇ ਹਾਂ ਵੀਡੀਓ ਬੰਦ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਬਾਈ ਲਾਈਕ ਬਹੁਤ ਘੱਟ ਆਉਂਦੇ ਆ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚਲੋ ਜੀ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ